ਜਿਹੜੀ ਆਜ਼ਾਦੀ ਦੀ ਗੱਲ ਕਰਦੇ ਸੀਗੇ ਕਰਕੇ ਅਤੇ ਬਾਹਰ ਦੇ ਮੁਲਕਾਂ ਦੇ ਵਿੱਚ ਚਲੇ ਜਾਂਦੇ ਸੀਗੇ, ਅਤੇ ਸਾਡੀ ਸਰਕਾਰ ਉਹ ਸਰਕਾਰਾਂ ਨੂੰ ਚਿੱਠੀ ਪੱਤਰ ਰਾਹੀਂ ਲਿਖਦੀ ਰਹਿੰਦੀ ਸੀ ਕਿ ਇਹ ਲੋਕ ਖਾਲਿਸਤਾਨ ਮੰਗਦੇ ਹੈ ਅਤੇ ਹੁਣ ਤੁਹਾਡੇ ਮੁਲਕ ਦੇ ਵਿੱਚ ਆ ਗਏ ਹੈ। ਹੁਣ ਨਵੀਂ ਪੋਲਿਸੀ ਮੋਦੀ ਦੇ ਮੁਤਾਬਕ ਉਹਨੇ ਆਪ ਕਿਹਾ ਕਿ ਹੁਣ ਨਹੀਂ ਅਸੀਂ ਚਿੱਠੀ ਪੱਤਰ ਕਰਦੇ ਕਿਸੇ ਮੁਲਕ ਦੇ ਨਾਲ, ਹੁਣ ਸਾਡੀਆਂ ਖੁਫੀਆ ਏਜੰਸੀਆਂ ਸਿੱਧੀਆਂ ਉਹ ਸਿੱਖਾਂ ਨੂੰ ਮਾਰ ਦਿੰਦੀਆਂ ਜਿਹੜੇ ਇੱਥੇ ਆ ਕੇ ਆਜ਼ਾਦੀ ਦੀ ਗੱਲ ਕਰਕੇ ਅਤੇ ਬਾਹਰ ਦੇ ਮੁਲਕਾਂ 'ਚ ਭੱਜ ਜਾਂਦੇ ਆ। ਅਸੀਂ ਤੁਹਾਡੇ ਸਾਰਿਆਂ ਦੇ ਬਹੁਤ ਰਣੀ ਹੈ ਜਿਹੜਾ ਤੁਸੀਂ ਇੱਥੇ ਆਏ ਹੋ, ਖਾਸ ਕਰਕੇ ਬੀਬਾ ਹਰਮਨ ਕੌਰ ਦੇ ਜਿਨ੍ਹਾਂ ਦੇ ਪਿਤਾ ਸਰਦਾਰ ਇੰਦਰਜੀਤ ਸਿੰਘ ਜੇਜੀ ਨੇ ਸ਼ੁਰੂ ਤੋਂ ਸਾਡੀ ਇਮਦਾਦ ਕੀਤੀ ਹੈ ਅਤੇ ਸਾਡੇ ਤਲਕਾਤ ਬਹੁਤ ਅੱਛੇ ਰਹੇ ਹੈ ਪਰਿਵਾਰਾਂ ਦੇ। ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਬੀਬਾ ਵੀ ਆਏ ਹੈ, ਮੇਰੀ ਧੀ ਪਵਿੱਤਰ ਕੌਰ ਵੀ ਆਏ ਹੈ ਅਤੇ ਅਸੀਂ ਨਿਹੰਗਾਂ ਦੀ ਛਾਉਣੀ ਦੇ ਵਿੱਚ ਆਏ ਹੈ। ਬਾਬਾ ਨਿਹਾਲ ਸਿੰਘ ਜੀ ਨਿਹੰਗ ਸਿੰਘ ਜੀ ਅਤੇ ਇੱਕ ਸਾਥੋਂ ਕਮੀ ਰਹਿ ਗਈ ਹੈ ਕਿ ਜੇ ਛਾਉਣੀ ਚਾਹੁੰਦਾ ਸੀ ਅਸੀਂ ਨਿਹੰਗ ਸਿੰਘਾਂ ਲਈ ਚਟੰਗਾ ਜ਼ਰੂਰ ਲੈ ਕੇ ਆਉਣਾ ਸੀ, ਇਹ ਜਿਹੜੀ ਭੁੱਲ ਹੋ ਗਈ ਹੈ ਇਹ ਅਸੀਂ ਇੱਕ ਦੋ ਦਿਨਾਂ 'ਚ ਪੂਰੀ ਕਰ ਦਾਂਗੇ ਅਤੇ ਚਟੰਗਾ ਆਜੂਗਾ। ਸੋ ਮੇਰਾ ਖਿਆਲ ਤੁਸੀਂ ਪਤਾ ਨਹੀਂ ਸਮਝਿਓ ਮੈਂ ਕੀ ਕਹਿ ਰਿਹਾ, ਤੁਹਾਨੂੰ ਸਮਝ ਨਹੀਂ ਆ ਰਹੀ ਨਿਹੰਗਾਂ ਦੀ, ਚਟੰਗਾ ਹੁੰਦਾ ਬੱਕਰਾ, ਹੁਣ ਸਮਝ ਗਏ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਹੁਣ ਇਹ ਜਿਹੜੀ ਇਲੈਕਸ਼ਨ ਹੈ ਇਹਦੇ ਵਿੱਚ ਜਿਹੜੇ ਝੂਠੇ ਵਾਅਦੇ ਕੀਤੇ ਹੈ ਮੋਦੀ ਨੇ ਕਿ ਘਰ ਘਰ ਅਸੀਂ ਨੌਕਰੀ ਦੇਵਾਂਗੇ, ਇੰਦਰਾ ਗਾਂਧੀ ਤੋਂ ਚੱਲਦਾ ਆ ਰਿਹਾ ਕਾਂਗਰਸ ਦਾ ਨਾਰਾ ਰੋਟੀ ਕੱਪੜਾ ਮਕਾਨ, ਅਤੇ ਆਮ ਪਾਰਟੀ ਨੇ ਕਿਹਾ ਹਰੇਕ ਘਰ ਦੇ ਵਿੱਚ ਬੀਬੀ ਨੂੰ 1000 ਰੁਪਈਆ ਚੜ੍ਹਦੇ ਮਹੀਨੇ ਆ ਜਾਇਆ ਕਰੂਗਾ ਬੈਂਕ ਦੇ ਵਿੱਚ। ਇਹ ਜਿਹੜੇ ਵਾਅਦੇ ਕਰਦੇ ਹੈ ਅਤੇ ਮੁਨਕਰ ਹੋ ਜਾਂਦੇ ਹੈ ਇਹ ਮੈਂ ਸਮਝਦਾ ਠੀਕ ਨਹੀਂ ਹੈ, ਇਹਦਾ ਕਸੂਰ ਉਹਨਾਂ ਦਾ ਨਹੀਂ ਹੈ। ਉਹ ਸਮਝਦੇ ਹੈ ਕਿ ਅਸੀਂ ਲੋਕਾਂ ਨੂੰ ਝਟਾ ਸਕਦੇ ਹਾਂ, ਇਹਨਾਂ ਦੇ ਵਿੱਚ ਪੜ੍ਹਾਈ ਲਿਖਾਈ ਥੋੜ੍ਹੀ ਹੈ ਅਤੇ ਮੌਕੇ ਦੇ ਸਿਰ ਇਹ ਸਾਡੀ ਗੱਲ ਦੇ ਵਿੱਚ ਆ ਜਾਣਗੇ। ਪਰ ਪਾਰਟੀ ਉਹ ਹੁੰਦੀ ਹੈ ਜਿਹੜੀ 100 ਸਾਲ ਅੱਗੇ ਸੋਚਦੀ ਹੈ ਕਿ ਅਸੀਂ ਆਪਣੇ ਲੋਕਾਂ ਦਾ ਅਗਾਂਹ ਤੋਂ ਕੀ ਸਵਾਰਨਾ ਹੈਗਾ। ਜਿੰਨਾ ਚਿਰ ਪਾਰਟੀ ਦੇ ਵਿੱਚ ਇਹ ਸੋਚ ਨਾ ਆਵੇ ਅਤੇ ਸਿਰਫ ਵਜ਼ਾਰਤ ਅਤੇ ਵੱਡੀ ਅਤੇ ਪੈਸਾ ਖਾਣ ਦੀ ਗੱਲ ਹੋਵੇ ਫਿਰ ਉਹ ਪਾਰਟੀ ਕਾਮਯਾਬ ਨਹੀਂ ਹੋ ਸਕਦੀ। ਅਤੇ ਇਹ ਜਿਹੜੀਆਂ ਪਾਰਟੀਆਂ ਦਾ ਮੈਂ ਨਾਂ ਲਿਆ ਇਹਨਾਂ ਨੇ ਲੁੱਟ ਕਸੁੱਟ ਕੀਤੀ ਹੈ,
ਘੱਟ ਗਿਣਤੀਆਂ ਦਾ ਨੁਕਸਾਨ ਵੀ ਕੀਤਾ ਬਹੁਤ ਜ਼ਿਆਦਾ। ਤੁਹਾਨੂੰ ਪਤਾ 1984 'ਚ ਜਿਵੇਂ ਕਾਂਗਰਸ ਨੇ ਮਿਲਟਰੀ ਚਾੜ੍ਹਤੀ ਸੀਗੀ ਦਰਬਾਰ ਸਾਹਿਬ ਦੇ ਉੱਤੇ ਅਤੇ 36 ਹੋਰ ਗੁਰਦੁਆਰਿਆਂ ਦੇ ਉੱਤੇ, ਅਤੇ ਉਸ ਤੋਂ ਬਾਅਦ ਰਾਜੀਵ ਗਾਂਧੀ ਨੇ ਕਿਵੇਂ ਸਾਰੇ ਮੁਲਕ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ, ਮੁੰਡਿਆਂ ਦੇ ਸਿਰਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾ ਤੀ, ਬੀਬੀਆਂ ਦੇ ਨਾਲ ਮਾੜੇ ਕੰਮ ਕੀਤੇ। ਇਹ ਚੀਜ਼ਾਂ ਹੁਣ ਅਸੀਂ ਭੁੱਲ ਨਹੀਂ ਸਕਦੇ, ਪਰ ਪਾਰਟੀਆਂ ਇਹ ਵੀ ਸੋਚਦੀਆਂ ਕਿ ਅਗਾਂਹ ਨੂੰ ਕੀ ਕਰਾਂਗੇ। ਇਹ ਸਾਡੀ ਪਾਰਟੀ ਨੇ ਸੋਚ ਲਿਆ ਕਿ ਅਸੀਂ ਤਕੜੇ ਹੋ ਕੇ ਪਾਰਲੀਮੈਂਟ ਦੇ ਵਿੱਚ ਜਾਈਏ, ਅਸੈਂਬਲੀ 'ਚ ਜਾਈਏ ਅਤੇ ਆਪਣੀ ਤਾਕਤ ਆਵੇ ਅਤੇ ਆਪਾਂ ਇਹਨਾਂ ਦਾ ਮੁਕਾਬਲਾ ਕਰ ਸਕੀਏ। ਹੁਣ ਜਿਹੜੀ ਨਵੀਂ ਬਲਾ ਸਾਡੇ ਉੱਤੇ ਚੜ੍ਹੀ ਹੈ, ਉਹ ਮੋਦੀ ਨੇ ਅਤੇ ਉਹਦੇ ਗ੍ਰਹਿ ਵਜ਼ੀਰ ਅਮਿਤ ਸ਼ਾਹ ਨੇ, ਵਿਦੇਸ਼ੀ ਵਜ਼ੀਰ ਜੈਸ਼ੰਕਰ ਨੇ, ਜਿਹੜਾ ਸਿਕਿਉਰਿਟੀ ਐਡਵਾਈਜ਼ਰ ਹੈ ਅਜੀਤ ਡਾਵਾਲ ਅਤੇ ਖੁਫੀਆ ਏਜੰਸੀ ਰੋ ਹੈ, ਉਹਨਾਂ ਨੇ ਇੱਕ ਪੋਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਨਗੇ ਉਹਨਾਂ ਨੂੰ ਅਸੀਂ ਖਤਮ ਕਰ ਦਾਂਗੇ। ਪਹਿਲਾਂ ਮੋਦੀ ਕਹਿੰਦਾ ਸਰਕਾਰਾਂ ਉਹ ਸਿੱਖ ਜਿਹੜੀ ਆਜ਼ਾਦੀ ਦੀ ਗੱਲ ਕਰਦੇ ਸੀਗੇ ਕਰਕੇ ਅਤੇ ਬਾਹਰ ਦੇ ਮੁਲਕਾਂ ਦੇ ਵਿੱਚ ਚਲੇ ਜਾਂਦੇ ਸੀਗੇ, ਅਤੇ ਸਾਡੀ ਸਰਕਾਰ ਉਹ ਸਰਕਾਰਾਂ ਨੂੰ ਚਿੱਠੀ ਪੱਤਰ ਰਾਹੀਂ ਲਿਖਦੀ ਰਹਿੰਦੀ ਸੀ ਕਿ ਇਹ ਲੋਕ ਖਾਲਿਸਤਾਨ ਮੰਗਦੇ ਹੈ ਅਤੇ ਹੁਣ ਤੁਹਾਡੇ ਮੁਲਕ ਦੇ ਵਿੱਚ ਆ ਗਏ ਹੈ। ਹੁਣ ਨਵੀਂ ਪੋਲਿਸੀ ਮੋਦੀ ਦੇ ਮੁਤਾਬਕ ਉਹਨੇ ਆਪ ਕਿਹਾ ਕਿ ਹੁਣ ਨਹੀਂ ਅਸੀਂ ਚਿੱਠੀ ਪੱਤਰ ਕਰਦੇ ਕਿਸੇ ਮੁਲਕ ਦੇ ਨਾਲ, ਹੁਣ ਸਾਡੀਆਂ ਖੁਫੀਆ ਏਜੰਸੀਆਂ ਸਿੱਧੀਆਂ ਉਹ ਸਿੱਖਾਂ ਨੂੰ ਮਾਰ ਦਿੰਦੀਆਂ ਜਿਹੜੇ ਇੱਥੇ ਆ ਕੇ ਆਜ਼ਾਦੀ ਦੀ ਗੱਲ ਕਰਕੇ ਅਤੇ ਬਾਹਰ ਦੇ ਮੁਲਕਾਂ 'ਚ ਭੱਜ ਜਾਂਦੇ ਆ। ਇਹ ਜ਼ਰੂਰੀ ਨਹੀਂ ਹੈ ਕਿ ਉਹ ਅੱਗੋਂ ਬਾਹਰ ਭੱਜ ਜਾਣ, ਇਹ ਪੋਲਿਸੀ ਦੇ ਤਹਿਤ ਇੱਥੇ ਵੀ ਇਹ ਕੰਮ ਬੀਜੇਪੀ ਅਤੇ ਮੋਦੀ ਕਰ ਸਕਦੇ ਆ। ਜਿਵੇਂ ਮੈਂ ਤੁਹਾਨੂੰ ਸਮਝਾਉਂਦਾ, ਕੈਨੇਡਾ ਦੇ ਵਿੱਚ ਸਾਡਾ ਇੱਕ ਲੀਡਰ ਹਰਦੀਪ ਸਿੰਘ ਨਿੱਜਰ ਨੂੰ ਮਾਰਤਾ, ਦੂਸਰਾ ਰਿਪੂ ਦਮਨ ਸਿੰਘ ਮਲਿਕ ਨੂੰ ਮਾਰਤਾ, ਤੀਜਾ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰਤਾ। ਪਰ ਜਿਹੜਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹੈ ਉਹ ਬੜਾ ਤਕੜਾ ਰਿਹਾ, ਉਸ ਨੇ ਆਪਣੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਾਰੇ ਪੋਲ ਖੋਲ੍ਹਤੇ ਕਿ ਇਹ ਜਿਹੜੇ ਸਿੱਖ ਮਾਰੇ ਗਏ ਆ ਇਹ ਇੰਡੀਆ ਦੀ ਖੁਫੀਆ ਏਜੰਸੀ ਰੋ ਨੇ, ਉਹਨਾਂ ਨੇ ਇੱਥੇ ਪਹਾੜੇ 'ਤੇ ਕਰਕੇ ਇਹਨਾਂ ਨੂੰ ਖਤਮ ਕੀਤਾ। ਅਤੇ ਬਰਤਾਨੀਆ ਵਲੈਤ ਇੰਗਲੈਂਡ ਦੇ ਵਿੱਚ ਆਪਣੇ ਅਵਤਾਰ ਸਿੰਘ ਖੰਡੇ ਨੂੰ ਇਹ ਏਜੰਸੀਆਂ ਨੇ ਜ਼ਹਿਰ ਦੇ ਕੇ ਮਾਰਤਾ, ਉਹ ਬਿਮਾਰ ਰਿਹਾ ਬਰਮਿੰਗਮ ਹੋਸਪਿਟਲ 'ਚ, ਪਰ ਅੰਤ ਨੂੰ ਉਹਨੂੰ ਪਤਾ ਲੱਗਿਆ ਕਿ ਉਹਨੂੰ ਬਹੁਤ ਜ਼ਹਿਰੀਲੀ ਜ਼ਹਿਰ ਦਿੱਤੀ ਗਈ ਹੈ।
ਫਿਰ ਨੇੜੇ ਆ ਜੀ ਆਪਣੇ ਪਾਕਿਸਤਾਨ ਦੇ ਵਿੱਚ, ਇੱਥੇ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਅਤੇ ਲਖਬੀਰ ਸਿੰਘ ਰੋਡੇ ਨੂੰ ਮਰਵਾਤਾ। ਫਿਰ ਇੱਥੇ ਆਪਣੇ ਮੁਲਕ ਦੇ ਵਿੱਚ ਹਰਿਆਣੇ 'ਚ ਆਈਏ, ਇੱਥੇ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਦਿਖਾ ਕੇ ਉਹਨੂੰ ਜਾਨੋਂ ਮਾਰਤਾ। ਫਿਰ ਨੇੜੇ ਆਪਣੇ ਮਾਨਸਾ ਮੂਸੇਵਾਲ ਨੂੰ ਮਰਵਾਤਾ। ਇਹ ਸਾਰੀਆਂ ਜਿਹੜੀਆਂ ਨਵੀਆਂ ਪੋਲਿਸੀਆਂ, ਦੇਖੋ ਮੈਂ ਤੁਹਾਨੂੰ ਇਹ ਸਾਰਾ ਕੁਛ ਜਿਹੜਾ ਦੱਸਿਆ ਹੈ ਇਹ ਕੋਈ ਖੁਫੀਆ ਗੱਲ ਨਹੀਂ ਹੈ, ਇਹ ਤੁਸੀਂ ਮੇਰਾ ਰਿਕਾਰਡ ਕੱਢ ਕੇ ਦੇਖ ਲਓ, ਪਾਰਲੀਮੈਂਟ 'ਚ ਰੂ ਬਰੂ ਇਹ ਗੱਲਾਂ ਉਹਨਾਂ ਦੇ ਮੂੰਹ ਦੇ ਅੱਗੇ ਕਰਤੀਆਂ, ਮੋਦੀ ਦੇ ਅਤੇ ਸ਼ਾਹ ਦੇ, ਸਾਰਿਆਂ ਦੇ ਅੱਗੇ ਬੜਾ ਸ਼ੋਰ ਪਾਉਂਦੇ ਸੀਗੇ ਕਿ ਨਹੀਂ ਬੋਲਣੇ ਦੇਗੇ। ਮੈਂ ਕਿਹਾ ਕਿਵੇਂ ਨਹੀਂ ਬੋਲਣ ਦਿਓਗੇ, ਤੁਸੀਂ ਜ਼ਿਆਦਾ ਹੈਗੇ ਹੋ, ਪਰ ਬੋਲਣ ਦਾ ਤਾਂ ਅਧਿਕਾਰ ਸਾਰਿਆਂ ਦਾ ਹੈਗਾ। ਕਹਿੰਦੇ ਨਹੀਂ ਬੋਲਣ ਦੇਗੇ ਫਲਾਣਾ। ਮੈਂ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ 1,25,000 ਸੇ ਇੱਕ ਲੜਾਊਂ ਤਵੀ ਗੋਬਿੰਦ ਸਿੰਘ ਨਾਮ ਕਹਾਊਂ। ਮੈਂ ਕਿਹਾ ਆ ਜਾਓ ਬਾਹਰ ਮੈਂ ਜੇ ਕਿਸੇ ਨੇ ਰੌਲਾ ਪਾਉਣਾ। ਐਂ ਠੰਡੇ ਹੋ ਗਏ ਬਿਲਕੁਲ। ਹਾਂ ਇਹ ਸਾਰੀਆਂ ਰਿਕਾਰਡ 'ਤੇ ਆਈਆਂ ਚੀਜ਼ਾਂ ਸੁਣ ਲਿਓ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਇਹਦਾ ਮੁਕਾਬਲਾ ਸਾਡੀ ਕੌਮ ਨੂੰ ਕਰਨਾ ਪਊਗਾ। ਐਂ ਨਹੀਂ ਕਿ ਸਾਨੂੰ ਘੁੱਗੀਆਂ ਵਰਗਣ ਇਹ ਮੋਦੀ ਮਰਵਾ ਦੇਵੇ ਅਤੇ ਅਸੀਂ ਮਰ ਜਾਈਏ, ਅਤੇ ਸਿੱਖ ਰਵਾਇਤ ਦੇ ਅਨੁਸਾਰ ਅਸੀਂ ਚੁੱਪ ਕਰਕੇ ਬਹਿ ਜਾਈਏ। ਐਂ ਨਹੀਂ ਹੋਊ ਮੋਦੀ ਸਾਹਿਬ, ਐਸੇ ਨਹੀਂ ਹੋਤਾ ਸਿੱਖੋ ਕੇ ਸਾਥ, ਨਹੀਂ ਹੋਤਾ। ਸੋ ਇਹ ਸਾਰੀਆਂ ਗੱਲਾਂ ਤੁਹਾਡੇ ਕੰਨਾਂ 'ਚ ਪਾਉਣ ਲੱਗਿਆ ਮੈਂ ਕਿ ਪਾਰਲੀਮੈਂਟ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ। ਸਾਡੇ ਪੰਜਾਬ ਦੀਆਂ 13 ਸੀਟਾਂ ਹੈਗੀਆਂ ਪਾਰਲੀਮੈਂਟ ਦੀਆਂ, ਜਿਹੜੇ ਪਾਰਲੀਮੈਂਟ 'ਚ ਆਪਾਂ ਨੁਮਾਇੰਦੇ ਭੇਜਦੇ ਹਾਂ। ਹੁਣ ਅਕਾਲੀ ਦਲ ਅੰਮ੍ਰਿਤਸਰ ਵਾਹਵਾ ਤਕੜਾ ਹੋ ਗਿਆ ਤੁਹਾਡੇ ਸਹਿਯੋਗ ਦੇ ਨਾਲ, 13 ਦੀਆਂ 13 ਸੀਟਾਂ 'ਤੇ ਅਸੀਂ ਆਪਣੇ ਨੁਮਾਇੰਦੇ ਖੜ੍ਹੇ ਕਰ ਦਿੱਤੇ ਹੈ, ਅਤੇ ਚੋਣ ਨਿਸ਼ਾਨ ਸਾਡਾ ਸਾਰਿਆਂ ਦਾ ਬਾਲਟੀ ਹੈ। ਅਤੇ ਪਹਿਲਾਂ ਬਾਦਲ ਦਲੀਏ ਰਲ ਮਿਲ ਜਾਂਦੇ ਸੀਗੇ ਦੂਜਿਆਂ ਦੇ ਨਾਲ, ਅਤੇ ਚੰਡੀਗੜ੍ਹ ਨੂੰ ਕਹਿੰਦੇ ਤਾਂ ਸੀਗੇ ਕਿ ਇਹ ਸਾਡੀ ਰਾਜਧਾਨੀ ਹੈ, ਪਰ ਉੱਥੋਂ ਕਦੇ ਵੀ ਆਪਣਾ ਉਮੀਦਵਾਰ ਨਹੀਂ ਸੀ ਖੜ੍ਹਾ ਕਰਦੇ। ਐਤਕੀ ਆਪਣੀ ਪਾਰਟੀ ਨੇ ਲਖਬੀਰ ਸਿੰਘ ਨੂੰ ਉੱਥੇ ਖੜ੍ਹਾ ਕਰ ਦਿੱਤਾ। ਫਿਰ ਦੂਜੀ ਗੱਲ ਕਰੀਏ, ਹਰਿਆਣੇ ਦੇ ਵਿੱਚ ਆਪਾਂ ਗੱਲਾਂ ਕਰਦੇ ਸੀਗੇ ਕਿ ਬਹੁਤ ਪੰਜਾਬੀ ਬੋਲਦੇ ਇਲਾਕੇ ਸਾਡੇ ਹਰਿਆਣੇ 'ਚ ਰਹਿ ਗਏ, ਇਹ ਬਾਦਲ ਬੂਦਲ ਕਹਿ ਦਿੰਦੇ ਸੀ, ਕਰਦੇ ਕੁਛ ਨਹੀਂ ਸੀਗੀ। ਅਸੀਂ ਤੁਹਾਡੀ ਪਾਰਟੀ ਕਰਨ ਵਾਲੀ ਹੈ, ਜੋ ਕਹਿੰਦੀ ਹੈ ਕਰ ਦਿੰਦੀ ਹੈ। ਹੁਣ ਪੰਜਾਬੀ ਬੋਲਦੇ ਇਲਾਕੇ ਕਰਨਾਲ ਅਤੇ ਕੁਰਕਸ਼ੇਤਰ ਦੇ ਵਿੱਚ ਤੁਹਾਡੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਦੀ ਚੋਣ ਨਿਸ਼ਾਨ ਬਾਲਟੀ ਦੇ ਉੱਤੇ ਕਰਨਾਲ ਵੀ ਖੜ੍ਹਾ ਕਰਤਾ ਅਤੇ ਕੈਥਲ ਵੀ ਖੜ੍ਹਾ ਕਰਤਾ। ਇਹ ਇਲਾਕੇ ਕੁਰਕਸ਼ੇਤਰ, ਸੱਚ ਕਰਨਾਲ ਅਤੇ ਕੁਰਕਸ਼ੇਤਰ ਇਹ ਇਲਾਕੇ ਤੁਹਾਡੇ ਨਾਲ ਲੱਗਦੇ ਹੈਗੇ ਹੈ, ਤਾਂ ਤੁਸੀਂ ਉੱਧਰ ਵੀ ਸੁਨੇਹ ਭੇਜ ਸਕਦੇ ਹੋ ਕਿ ਭਾਈ ਸਾਡੀ ਪਾਰਟੀ ਉੱਥੇ ਖੜ੍ਹੀ ਹੈ, ਅਤੇ ਤੁਸੀਂ ਇੱਧਰ ਉੱਧਰ ਨਹੀਂ ਦੇਖਣਾ, ਤੁਸੀਂ ਵੋਟ ਇੱਧਰ ਪਾਉਣੀ ਹੈ, ਉੱਥੇ ਵੀ ਚੋਣ ਨਿਸ਼ਾਨ ਬਾਲਟੀ ਮਿਲ ਗਿਆ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਇਹ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸੀਗੀਆਂ, ਅਤੇ ਮੈਂ ਬੀਬਾ ਜੀ ਹਰਮਨ ਦਾ ਬਹੁਤ ਬਹੁਤ ਕੌਰ ਦਾ ਰਿਣੀ ਹੈ, ਇਹਨਾਂ ਦੇ ਪਾਪਾ ਜੀ ਦਾ, ਸਾ ਇੰਦਰਜੀਤ ਸਿੰਘ ਜੀ ਦਾ, ਉਹਨਾਂ ਨੇ ਲੋਕਾਂ ਦੇ ਲਈ ਬਹੁਤ ਕੰਮ ਕੀਤੇ ਹੈ। ਜਿੰਨੇ ਵੀ ਆਪਣੇ ਕਿਸਾਨ ਖੁਦਕੁਸ਼ੀ ਕਰ ਗਏ ਹੈ ਉਹਨਾਂ ਨੇ ਬਹੁਤ
ਉਹਨਾਂ ਦੇ ਉੱਤੇ ਖੋਜ ਕੀਤੀ ਹੈ, ਕਿਤਾਬ ਲਿਖੀ ਹੈ, ਤਾਂ ਮੈਂ ਸਮਝਦਾ ਕਿ ਉਹਨਾਂ ਨੂੰ ਸਾਡੇ ਦਿਲ ਦਾ ਪਤਾ ਅਤੇ ਸਾਡੇ ਨਾਲ ਹਮਦਰਦੀ ਹੈ। ਜਿਹੜਾ ਇੰਨਾ ਕੁਛ ਇੱਕ ਸ਼ਖਸੀਅਤ ਕਰੇ, ਅੰਕੜੇ ਇਕੱਠੇ ਕਰੇ, ਪਿੰਡ ਪਿੰਡ ਜਾਵੇ ਅਤੇ ਪਤਾ ਕਰੇ ਕਿਵੇਂ ਕਾਹਦੇ ਲਈ ਖੁਦਕੁਸ਼ੀ ਸਾਡੇ ਕਿਸਾਨ ਨੇ ਕੀਤੀ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਦੀ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।